ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ। ਹਾਂਜੀ, ਅੱਜ ਆਪਾਂ ਇੱਕ ਬਾਈ ਦਾ ਕਮੈਂਟਸ ਤੇ ਵੀਡੀਓ ਬਣਾਉਣੀ ਹੈ। ਆਪਣਾ ਇੰਦਰ ਵੀਰਾ ਕੋਈ ਪੰਜਾਬ ਤੋਂ ਹੀ ਨੇ ਉਹ ਵੀ, ਅਤੇ ਉਹਨਾਂ ਨੇ ਐਕਚੁਅਲੀ ਸਲੀਨੀ ਬਾਰੇ ਗੱਲ ਕਰਦੇ ਸੀਗੇ। ਜੇ ਅਰਲੀ ਗਾਂ ਕਾਵ ਹੋ ਜਾਏ ਤਾਂ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ, ਆਪਾਂ ਥੋੜ੍ਹੀ ਉਹਦੇ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਭਾਅ ਜੀ, ਜੇ ਐਕਚੁਅਲੀ ਹਮੇਸ਼ਾ ਸਿਲੀਨੀਅਮ ਦਾ ਇੰਜੈਕਸ਼ਨ ਜ਼ਰੂਰ ਲਵਾਓ ਜਦੋਂ ਗਾਂ ਡਿਊ ਹੋਵੇ ਨਾ, 2 ਵੀਕ ਪਹਿਲਾਂ, ਮਤਲਬ ਗਾਂ ਨੇ ਸੂਣਾ, ਸੂਣ ਤੋਂ ਕੋਈ 15-20 ਦਿਨ ਪਹਿਲਾਂ ਸਿਲੀਨੀਅਮ ਦਾ ਸ਼ੋਟ ਜ਼ਰੂਰ ਦਿਓ ਗਾਂ ਨੂੰ। ਕਿਉਂਕਿ ਸਿਲੀਨੀਅਮ ਇੱਕ ਕੀ ਕਰਦਾ, ਸਿਲੀਨੀਅਮ ਇੱਕ ਤਾਂ ਉਹਦੀ ਜੇਰ ਪੈਣ 'ਚ ਹੈਲਪ ਕਰੂਗਾ, ਦੂਜਾ ਫਿਰ ਦੁਬਾਰਾ ਜਦੋਂ ਗਾਂ ਨੇ ਸਾਈਕਲ ਹੋਣਾ ਉਦੋਂ ਵੀ ਵੈਸੇ ਲਾ ਦਿਓ ਉਹਦੇ ਸਾਈਕਲ। ਜਦੋਂ ਸਾਈਕਲ ਹੋ ਗਈ ਗਾਂ, ਤੁਸੀਂ ਟੀਕਾ ਲਵਾ ਤਾ ਗਾਂ ਦੇ, ਉਦੋਂ ਵੀ ਜ਼ਰੂਰ ਸਿਲੀਨੀਅਮ ਲਵਾ ਦਿਓ। ਕਿਉਂਕਿ ਉਹਦਾ ਮੈਂ ਤੁਹਾਨੂੰ ਕਿਉਂ ਦੱਸ ਰਿਹਾ, ਕਿਉਂਕਿ ਪਿਛਲੇ ਸਾਲ ਸਾਡੇ 10 ਗਾਈਆਂ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਇਨਕਾਫ ਹੋ ਗਈਆਂ ਸੀ, ਟੀਕਾ ਲੱਗ ਗਿਆ, ਕਨਸੀਵ ਕਰ ਗਈਆਂ, ਪ੍ਰੈਗਨੈਂਟ ਹੋ ਗਈਆਂ, ਡਿਊ ਡੇਟ ਵੀ ਮਿਲ ਗਈ ਆਪਾਂ ਨੂੰ ਜਦੋਂ ਉਹਦਾ ਪ੍ਰੈਗਨੈਂਸੀ ਟੈਸਟ ਹੋਇਆ, ਸਾਰਾ ਕੁਛ ਕਲੀਅਰ ਸੀਗਾ। ਬਟ ਸੂਣ ਤੋਂ ਮਹੀਨਾ ਕੁ ਪਹਿਲਾਂ, ਮਤਲਬ ਬਾਅਦ 'ਚ ਪਤਾ ਲੱਗਿਆ ਕਿ ਉਹ 10 ਗਾਈਆਂ ਇੰਪਟੀ ਨਿਕਲ ਗਈਆਂ, ਖਾਲੀ ਸੀਗੀਆਂ, ਮਤਲਬ ਸਲਿਪ ਨਹੀਂ ਹੋਈਆਂ ਜਿਵੇਂ ਕਹਿੰਦੇ ਫਾਲਸਟ ਦਾ ਉਹ ਨਹੀਂ ਸੀਗਾ। ਕਿਉਂਕਿ ਸ਼ਾਇਦ ਉਹ ਜਦੋਂ ਬਲੱਡ ਟੈਸਟ ਆਪਾਂ ਹਰ ਟੈਸਟ ਦੇ ਥਰੂ ਦੁੱਧ 'ਚੋਂ ਟੈਸਟ ਕਰਾਇਆ ਸੀ ਕਿ ਉਹ ਪ੍ਰੈਗਨੈਂਟ ਹੈ, ਹੋ ਸਕਦਾ ਕਿ ਉਦੋਂ 2 ਵੀਕਾਂ ਬਾਅਦ ਗਾਈਆਂ ਦੀ ਕੋਈ ਪ੍ਰੋਬਲਮ ਹੋ ਗਈ ਸੀ, ਤੈਨੂੰ ਉਹ ਹੋ ਸਕਦਾ ਵੀ ਉਹਨਾਂ ਨੇ ਉਹ ਸਲਿਪ ਕਰ ਗਈਆਂ ਸਮਥਿੰਗ ਕੁਛ। ਬਾਅਦ 'ਚ ਅਸੀਂ ਐਕਚੁਅਲੀ ਉਹਦਾ ਬਲੱਡ ਸੈਂਪਲ ਲਿਆ ਗਾਈਆਂ ਦਾ, ਜਦੋਂ ਟੈਸਟ ਕੀਤਾ ਐਕਚੁਅਲੀ ਪਤਾ ਲੱਗਿਆ ਕਿ ਉਹਨਾਂ ਸਿਲੀਨੀਅਮ ਦੀ ਕਮੀ ਸੀ। ਸੋ ਸਿਲੀਨੀਅਮ ਦੀ ਸ਼ੋਰਟੇਜ ਹੋਣ ਕਰਕੇ, ਮਤਲਬ ਉਹ 10 ਗਾਈਆਂ ਸਾਡੀਆਂ ਜਿਹੜੀਆਂ ਟੌਪ ਪ੍ਰੋਡਿਊਸਰ ਸੀਗੀਆਂ ਉਹ ਇੰਪਟੀ ਨਿਕਲ ਗਈਆਂ, ਤਾਂ ਸਾਨੂੰ ਫਿਰ ਉਹ ਕੱਲ ਕਰਨੀਆਂ ਪਈਆਂ। ਸੋ ਸਿਲੀਨੀਅਮ ਬਹੁਤ ਜ਼ਰੂਰੀ ਹੈ ਜੀ। ਦੂਜਾ, ਤੁਸੀਂ ਕਿਹਾ ਸੀ ਕਿ ਜੀ ਅਰਲੀ ਤੁਹਾਡੀ 10 ਦਿਨ ਗਾਂ ਸੂ ਪੈਂਦੀ, ਇਹਦੇ ਨਾਲ ਉਹ ਪ੍ਰੋਡਕਸ਼ਨ ਨਹੀਂ ਕਰਦੀ, ਸੋਰੀ ਭਾਅ ਜੀ, ਇੱਦਾਂ ਹੁੰਦਾ। ਵੈਸੇ ਇੱਥੇ ਨਹੀਂ ਹੁੰਦੀ ਇਹੋ ਜਿਹੀ ਪ੍ਰੋਬਲਮ, ਉਹਨੂੰ ਵੈਸੇ ਇੱਥੇ ਸਲਿਪ ਕਹਿੰਦੇ, ਸਲਿਪ ਹੋ ਗਈ ਗਾਂ, ਫਲ ਸੜਤਾ, ਉਹ ਤਾਂ ਹੁੰਦਾ ਐਕਚੁਅਲੀ ਜੇ ਆਈ ਥਿੰਕ ਮਹੀਨਾ ਪਹਿਲਾਂ ਸੂ ਪਈ। ਮਤਲਬ ਇੱਥੇ ਨੋਰਮਲੀ ਸੂ ਪੈਂਦੀਆਂ ਗਾਈਆਂ, ਹਫ਼ਤਾ 10 ਦਿਨ ਪਹਿਲਾਂ ਆਰਾਮ ਨਾਲ ਸੂ ਪੈਂਦੀਆਂ, ਅਤੇ ਹਫ਼ਤਾ ਕੁ ਲੇਟ ਤੱਕ ਵੀ ਲੈ ਲੈਂਦੀਆਂ। ਸੋ ਅਸੀਂ ਤਾਂ ਇੱਥੇ ਕੀ ਕਰਦੇ ਹਾਂ, ਵੀ ਜੇ ਇੱਦਾਂ ਕੋਈ ਕੇਸ ਹੋਵੇ ਦੈਨ ਮੇਕ ਸ਼ੋਰ ਵੀ ਤੁਸੀਂ ਉਹ ਗਾਂ ਨੂੰ ਹਰ ਰੋਜ਼ ਸਟ੍ਰਿਪ ਕਰੋ ਚੋ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਉਹਨੂੰ ਚੋਵੋਗੇ ਤੁਸੀਂ, ਚਾਹੇ ਤੁਹਾਨੂੰ ਲੱਗਦਾ ਵੀ ਦੁੱਧ ਨਹੀਂ ਲਾ ਰਹੀ, ਵੀ ਤੁਸੀਂ ਇਹ ਨਾ ਸੋਚੋ ਕਿ ਉਹਨੂੰ ਛੱਡ ਦਈਏ, ਚੋਈਏ ਨਾ, ਦੇਰ ਉਹਨੇ ਕਦੇ ਉਹਨੇ ਦੁੱਧ ਨਹੀਂ ਲਾਉਣਾ। ਸੋ ਮੇਕ ਸ਼ੋਰ ਕਿ ਅਤੇ ਉਹਨੂੰ ਓਕਜੀਟੋਸਿਨ ਵੀ ਨਹੀਂ ਦੇਣਾ, ਹਾਰਮੋਨ ਇੰਜੈਕਸ਼ਨ ਦਿੰਦੇ ਦੁੱਧ ਲਾ ਲੈਂਦਾ ਪਸ਼ੂ, ਉਹ ਨਹੀਂ ਦੇਣਾ, ਉਹ ਤਾਂ ਹੀ ਦੇਣਾ ਵੀ ਜੇ ਲੇਵਾ ਭਰਿਆ ਹੋਵੇ, ਤੁਹਾਨੂੰ ਪਤਾ ਸੂਏ ਪਸ਼ੂ ਦਾ ਕਿੱਡਾ ਲੇਵਾ ਹੋ ਜਾਂਦਾ, ਦੁੱਧ ਨਾ ਲਾਵੇ ਤਾਂ ਹੀ। ਨਾਲੇ ਇੱਕ ਗਲਤ ਫਹਿਮੀ ਇੰਡੀਆ 'ਚ ਕਿ ਸਪੈਸ਼ਲੀ ਜਦੋਂ ਪਸ਼ੂ ਤੋਕੜ ਹੋ ਜਾਂਦਾ ਉਹਨੂੰ ਟੀਕੇ 'ਤੇ ਕਰ ਲੈਂਦੇ ਆ, ਅਤੇ ਪਤਾ ਕਿਸੇ ਨੂੰ ਹੁੰਦਾ ਟੀਕੇ 'ਚ ਹੈ ਕੀ, ਉਹ ਟੀਕਾ ਹੁੰਦਾ ਸੀ ਹਾਰਮੋਨ ਓਕਜੀਟੋਸਿਨ, ਕਿਉਂਕਿ ਓਕਜੀਟੋਸਿਨ ਦੇ ਕਰਕੇ ਪਸ਼ੂ ਦੁੱਧ ਲਾਉਂਦਾ। ਤੁਹਾਨੂੰ ਥੋੜ੍ਹੀ ਦੱਸਦਾ ਪ੍ਰੋਸੈਸ, ਜਦੋਂ ਕਾਫ ਚੁੰਘਦਾ ਅੱਗੇ ਥਾਨਾ ਨੂੰ ਚੂਸਣ ਲੱਗਦਾ, ਸੱਕ ਕਰਦਾ ਜਾਂ ਆਪ ਹੱਥ ਨਾਲ ਇੱਦਾਂ ਮਸਲਦੇ ਹਾਂ, ਫਿਰ ਜਦੋਂ ਉਹ ਕਰਦੇ ਹਾਂ ਨਾ, ਬਲੱਡ ਦੇ ਥਰੂ ਇੱਕ ਮੈਸੇਜ ਜਾਂਦਾ ਬ੍ਰੇਨ 'ਚ ਪਸ਼ੂ ਦੇ, ਮਤਲਬ ਉਹ ਪਸ਼ੂ ਨੂੰ ਉਤਸ਼ਾਹਿਤ ਕਰਦਾ ਕਿ ਦੁੱਧ ਲਾਹ ਹੁਣ, ਫਿਰ ਉਹ ਬ੍ਰੇਨ ਆਰਡਰ ਕਰਦਾ ਲੇਵੇ ਦੇ ਵਿੱਚ, ਫਿਰ ਇੱਕ ਨਾਮ ਹੁੰਦਾ, ਇੱਕ ਗਲੈਂਡਸ ਹੁੰਦੀਆਂ ਯਾਰ ਗ੍ਰੰਥੀਆਂ, ਸੋਰੀ ਵਿਸਰ ਗਿਆ ਨਾਮ, ਫਿਰ ਉਹ ਗ੍ਰੰਥੀਆਂ ਜਿਹੜੀਆਂ ਹੈਗੀਆਂ ਗਲੈਂਡਸ ਹੈਗੀਆਂ, ਉਹ ਓਕਜੀਟੋਸਿਨ ਹਾਰਮੋਨ ਕੱਢਦੀਆਂ ਬਣਾਉਂਦੀਆਂ, ਅਤੇ ਓਕਜੀਟੋਸਿਨ ਹਾਰਮੋਨ ਜਦੋਂ ਬਣ ਜਾਂਦਾ ਫਿਰ ਉਹ ਦੁੱਧ ਲਾ ਲੈਂਦਾ ਪਸ਼ੂ। ਅਤੇ ਕਦੇ ਵੀ ਓਕਜੀਟੋਸਿਨ ਇੰਜੈਕਸ਼ਨ ਜੇ ਤੁਸੀਂ ਦੇਣਾ, ਅਸੀਂ ਇੱਥੇ ਕਦੇ ਵੀ 3 ਦਿਨ ਤੋਂ ਵੱਧ ਨਹੀਂ ਦਿੰਦੇ ਲਗਾਤਾਰ ਇੱਕੋ ਪਸ਼ੂ ਨੂੰ।
ਤੇ ਦਿੰਦੇ ਇੱਦਾਂ ਜੇ ਮੰਨ ਲਓ ਸਪੈਸ਼ਲੀ ਹੈਫਰਾਂ ਜਿਹੜੇ ਪਹਿਲਣ ਹੁੰਦੀਆਂ ਉਹੀ ਇੱਥੇ ਕਈ ਵਾਰੀ ਪ੍ਰੋਬਲਮ ਆਉਂਦੀ ਆ ਹਰ ਜੇ 100 ਚੋਂ 2 ਹੀ ਹੋਣਗੀਆਂ ਜਿਨ੍ਹਾਂ ਦੇ ਪ੍ਰੋਬਲਮ ਆਊਗੀ ਜਾਂ 1 ਹੀ ਹੋਊਗੀ ਅਸੀਂ ਦਿੰਦੇ ਜੀ 3 ਐਮ ਐਲ ਅੱਜ ਦਿੱਤਾ ਮਾਰਨਿੰਗ ਮਿਲਕੀ ਨੂੰ ਫਿਰ ਆਫਟਰਨੂਨ ਨੂੰ ਚਾਹੁੰਦੇ ਨਹੀਂ ਉਹਨੂੰ ਕਿਉਂਕਿ ਜਦੋਂ ਤੰਗ ਹੋਊਗੀ ਥੋੜ੍ਹਾ ਵੀ ਪ੍ਰੈਸ਼ਰ ਬਣੂਗਾ ਲੇ ਵਿੱਚ ਤਾਂ ਆਪੇ ਲਾਊਗੀ ਜੇ ਦੂਜੇ ਦਿਨ ਆਈ ਹੁਣ ਮਿਲਕਿੰਗ ਨਹੀਂ ਲਾਇਆ ਫਿਰ 2 ਐਮ ਐਲ ਅਤੇ ਤੀਜੇ ਦਿਨ ਵੀ ਨਹੀਂ ਲਾਇਆ ਤਾਂ 1 ਐਮ ਐਲ ਠੀਕ ਹੈ ਜੀ 3 2 1 3 ਦਿਨ ਲਗਾਤਾਰ ਅਤੇ 99% ਜੇ 3 ਦਿਨਾਂ 'ਚੋਂ ਫਿਕਸ ਹੋ ਜਾਂਦੀ ਫਿਰ ਆਪੇ ਲਾਉਣ ਲੱਗ ਪੈਂਦਾ ਪਸ਼ੂ ਸੋ ਕਦੇ ਵੀ ਲਗਾਤਾਰ ਆਕਜੀਟੋਸਿਨ ਨਹੀਂ ਦੇਣਾ ਆਕਜੀਟੋਸਿਨ ਫਿਰ ਮਤਲਬ ਡਰੱਗ ਅਡਿਕਟ ਟਾਈਪ ਹੋ ਜਾਂਦਾ ਜਿਵੇਂ ਬੰਦਾ ਡਰੱਗ ਨਹੀਂ ਛੱਡ ਸਕਦਾ ਪਰ ਪਸ਼ੂ ਵੀ ਅਡਿਕਟਡ ਹੋ ਜਾਊ ਆਕਜੀਟੋਸਿਨ ਦਾ ਲਾਓਗੇ ਤਾਂ ਲਾਊਗਾ ਨਹੀਂ ਦੁੱਧ ਨਹੀਂ ਦੇਊਗਾ ਸੋ ਇਹ ਹੈ ਜੀ ਅਰਲੀ ਆ ਜੇ ਕੋਈ ਚੱਕਰ ਨਹੀਂ ਉਹਨੂੰ ਹੋਪਫੁਲੀ ਉਹ ਰਿਕਵਰ ਹੋ ਜੂਗੀ ਦੇਖੋ ਜੀ ਮੈਂ ਥੋੜ੍ਹਾ ਜਿਹਾ ਬੇਸਿਕ ਆਪਣਾ ਨੂੰ ਪਿੱਛੇ ਲੈ ਕੇ ਚੱਲਦੇ ਬੇਸਿਕ ਗੱਲਾਂ ਦੱਸਦਾ ਫੀਡ ਬਹੁਤ ਇੰਪੋਰਟੈਂਟ ਹੈ ਫੀਡਿੰਗ ਉਹਦੀ ਡਾਇਟ ਕੀ ਹੈ ਪਸ਼ੂ ਦੀ ਜਿਹੜਾ ਪਸ਼ੂ ਸੁਣਦਾ ਜਾਂ ਸੋਇਆ ਕਿਉਂਕਿ ਦੁੱਧ ਪਸ਼ੂ ਨੇ ਓਬਵੀਅਸ ਲਾਉਣਾ ਤਾਂ ਉਹਦੇ ਫੀਡ 'ਤੇ ਡਿਪੈਂਡ ਕਰਦਾ ਕਿਉਂਕਿ ਜੇ ਮੰਨ ਲਓ ਹੁਣ ਜਿਹੜੀ ਪਸ਼ੂਆਂ ਵਿੱਚ ਐਨਰਜੀ ਹੁੰਦੀ ਹੈ ਉਹਨੂੰ ਐਮ ਈ ਕਹਿੰਦੇ ਆ ਠੀਕ ਹੈ ਜੀ ਮੈਟਾਬੋਲਿਕ ਐਨਰਜੀ ਅਤੇ ਇਹਨੂੰ ਮਿਲਦੇ ਹੈਗੇ ਆ ਮੈਗਾ ਜੂਲ 'ਚ ਠੀਕ ਹੈ ਜੀ ਸੋ ਐਮ ਜੇ ਮੈਗਾ ਜੂਲ ਮੈਟਾਬੋਲਿਕ ਐਨਰਜੀ ਸੋ ਐਟ ਲੀਸਟ 10 ਕਿਲੋ ਜਿਹੜੀ ਮੈਗਾ ਜੂਲ ਮੈਟਾਬੋਲਿਕ ਐਨਰਜੀ ਹੁੰਦੀ ਪਸ਼ੂ ਨੂੰ ਉਹ ਆਪਣੇ ਮੈਂਟੇਨੈਂਸ ਲਈ ਚਾਹੀਦੀ ਹੁੰਦੀ ਆ ਮਤਲਬ ਹੁਣ ਜਿਵੇਂ ਉਹਨੇ ਤੁਰਨਾ ਹੈ ਵੋਕ ਕਰਨਾ ਖਾਣਾ ਜਿੰਨੀ ਐਨਰਜੀ ਵੇਸਟ ਹੋਣਾ ਆਪਾਂ ਬੋਲਦੇ ਹਾਂ ਦੇਖਦੇ ਹਾਂ ਠੀਕ ਹੈ ਜੀ ਜਿਹੜਾ ਬਾਡੀ ਦੇ ਮੈਂਟੇਨੈਂਸ ਲਈ ਰੱਖਣ ਨੂੰ ਜਿਹੜੀ ਐਨਰਜੀ ਚਾਹੀਦੀ ਉਹ 10 ਮੈਗਾ ਜੂਲ ਚਾਹੀਦੀ ਹੈ ਹੁਣ ਜੇ ਤੁਸੀਂ ਜੇ ਪਸ਼ੂ ਨੂੰ ਫੀਡ ਹੀ ਇਹੋ ਜਿਹਾ ਮਿਲ ਰਿਹਾ ਜਿਹਦੇ 'ਚ ਉਹਨਾਂ ਨੂੰ 12 ਜਾਂ 13 ਹੀ ਮਿਲ ਰਹੀ ਹੈ ਐਨਰਜੀ ਤਾਂ 10 ਤਾਂ ਉਹਨੇ ਯੂਜ਼ ਕਰ ਲਈ ਆਪਣੇ ਬਾਡੀ ਮੈਂਟੇਨੈਂਸ ਲਈ ਅਤੇ ਦੁੱਧ ਲਈ ਕਿੰਨੀ ਬਚੀ 3 ਥੋੜ੍ਹਾ 3 ਨਾਲ ਉਹਨੇ ਜਿੰਨਾ ਕੁ ਦੁੱਧ ਉਹ ਤੋਂ ਬਣਿਆ ਉਨਾ ਹੀ ਬਣਾਉਣਾ ਸੋ ਇਹ ਬਹੁਤ ਇੰਪੋਰਟੈਂਟ ਹੈ ਜੀ ਕਿ ਤੁਸੀਂ ਉਹਨਾਂ ਦਾ ਫੀਡਿੰਗ ਲੈਵਲ ਕੀ ਹੈ ਸੋ ਮੇਕ ਸ਼ੋਰ ਕਿ ਤੁਹਾਨੂੰ ਅਵੇਅਰ ਹੋ ਤੁਸੀਂ ਕਿ ਜਿਹੜਾ ਵੀ ਜਿਵੇਂ ਇੱਥੇ ਅਸੀਂ ਘਾਹ ਵੀ ਟੈਸਟ ਕਰਾ ਲੈਂਦੇ ਹਾਂ ਕਿ ਘਾਹ ਦੇ ਵਿੱਚ ਕਿੰਨਾ ਡਰਾਈ ਮੈਟਰ ਹੈ ਕਿੰਨੀ ਮੈਗਜੂਲ ਐਨਰਜੀ ਹੈਗੀ ਆ ਹੁਣ ਇੱਥੇ ਆਈ ਥਿੰਕ 1 ਕਿਲੋ ਡਰਾਈ ਮੈਟਰ ਦੇ ਵਿੱਚ ਜਿਵੇਂ ਆਪਾਂ ਰੇ ਗ੍ਰਾਸ ਖਵਾਉਂਦੇ ਆਪਾਂ ਸਪੈਸ਼ਲੀ ਵੀਡੀਓ ਬਣਾਵਾਂਗੇ ਘਾਹ 'ਤੇ ਵੀ ਕਿਉਂਕਿ ਬਹੁਤ ਚਿਰਦੀ ਐਕਚੁਲੀ ਉਹ ਬਣ ਨਹੀਂ ਰਹੀ ਟਾਈਮ ਨਹੀਂ ਮਿਲ ਰਿਹਾ ਬਹੁਤ ਜਣੇ ਪੁੱਛ ਰਹੇ ਆ ਕਿ ਕਿਹੜਾ ਘਾਹ ਤੁਸੀਂ ਖਵਾਉਣੇ ਸੋ ਉਹ ਘਾਹ ਦੇ ਵਿੱਚ 10 ਤੋਂ 12 ਮੈਗਾ ਜੂਲ ਐਨਰਜੀ ਹੁੰਦੀ ਹੈ ਜੀ ਸੋ ਹਾਂਜੀ ਆਈ ਥਿੰਕ ਇੰਨੀ ਹੁੰਦੀ ਹੈ ਸਮਥਿੰਗ ਕੁਛ ਇੱਦਾਂ ਹੁੰਦਾ ਸੋ ਜਿੰਨੀ ਉਹਨੇ ਮੈਂਟੇਨੈਂਸ ਯੂਜ਼ ਕਰਨੀ ਹੈ ਬਾਕੀ ਉਹਨੇ ਦੁੱਧ ਬਣਾ ਦੇਣਾ ਸੇ ਇਹ ਇੱਕ ਚੀਜ਼ ਹੋਰ ਵੀ ਹੁੰਦੀ ਹੈ ਜੀ ਕਈ ਵਾਰੀ ਪਸ਼ੂ ਕੀ ਕਰਦਾ ਸੂਇਆ ਸੂ ਕੇ ਫਿਰ ਉਹਦੀ ਹੁਣ ਉਹਦੀ ਨੈਚੁਰਲੀ ਆਦਤ ਹੈ ਕਿ ਉਹਨੇ ਦੁੱਧ ਪ੍ਰੋਡਿਊਸ ਕਰਨਾ ਫਿਰ ਉਹ ਆਪਣੇ ਮੈਂਟੇਨੈਂਸ ਲਈ ਘੱਟ ਰੱਖਣ ਲੱਗ ਪੈਂਦਾ ਅਤੇ ਦੁੱਧ ਜ਼ਿਆਦਾ ਪਾਉਣ ਲੱਗ ਅਤੇ ਫਿਰ ਉਹ ਵੇਟ ਲੂਜ਼ ਕਰਨ ਲੱਗ ਜਾਂਦਾ ਪਸ਼ੂ ਕਿਉਂਕਿ ਉਹਦੀ ਫੈਟ ਹੈ ਜਿਹੜੀ ਉਹ ਮੈਂਟੇਨੈਂਸ ਕਰਨ ਲੱਗ ਜਾਂਦੀ ਹੈ ਖੁਰਕੇ ਅਤੇ ਬਾਕੀ ਐਨਰਜੀ ਦੁੱਧ 'ਚ ਜਾਣ ਲੱਗ ਪੈਂਦੀ ਹੈ ਕਈ ਵਾਰੀ ਫੈਟ ਵੀ ਵੱਧ ਜਾਂਦੀ ਦੁੱਧ 'ਚ ਕਿਉਂਕਿ ਉਹ ਆਪਣੀ ਫੈਟ ਦੁੱਧ 'ਚ ਪਾਉਣ ਲੱਗ ਪੈਂਦੀ ਹੈ ਸੋ ਇੱਦਾਂ ਵੀ ਹੋ ਜਾਂਦਾ ਕਈ ਵਾਰੀ ਦੂਜੀ ਗੱਲ ਜੇ ਪਸ਼ੂ ਅੱਜ ਸੋਇਆ ਤਾਂ 6 ਵੀਕਾਂ ਤੱਕ ਉਹਦੀ ਉਹ ਕਪੈਸਿਟੀ ਬਣੂਗੀ ਟੌਪ ਪ੍ਰੋਡਿਊਸ ਦੁੱਧ ਕਰਨ ਦੀ ਕਿਉਂਕਿ ਪਸ਼ੂ ਸਟ੍ਰੈਸ ਹੁੰਦਾ ਹੁਣ ਨਵੀਂ ਕਾਲਵਿੰਗ ਹੋਈ ਥੋੜ੍ਹਾ ਜਿਹਾ ਸਟ੍ਰੈਸ ਹੈ ਪਸ਼ੂ ਕਿਉਂਕਿ ਉਹ ਵੀ ਸਿਕਾਲਵਿੰਗ ਹੋ ਕੇ ਹਟੀ ਹੈ ਤਾਂ ਐਟਲੀਸਟ 4 ਤੋਂ 6 ਵੀਕ ਲੱਗ ਜਾਂਦੇ ਆ ਪਸ਼ੂ ਨੂੰ ਰਿਕਵਰ ਹੋਣ 'ਚ ਅਤੇ ਆਪਣਾ ਫੁੱਲ ਇਨਟੇਕ 'ਚ ਆਉਣ 'ਚ ਮਤਲਬ ਜੇ ਕੋਈ ਪਸ਼ੂ ਉਹਨੇ 25 ਲੀਟਰ ਦੁੱਧ ਮੰਨ ਲਓ ਟੌਪ ਪ੍ਰੋਡਿਊਸਰ ਗਾਂ ਨੇ 30 ਲੀਟਰ ਦੁੱਧ ਦੇਣਾ 2 ਟਾਈਮਾਂ ਦਾ ਤਾਂ ਉਹ 30 ਲੀਟਰ ਦੁੱਧ 6 ਵੀਕਾਂ 'ਚ ਪਹੁੰਚੂਗੀ ਜਾ ਕੇ ਹੌਲੀ ਹੌਲੀ ਇਹ ਨਾ ਸੋਚੋ ਕਿ ਅੱਜ ਨੇ 10 ਜਾਂ 12 ਲੀਟਰ ਦੁੱਧ ਦਿੱਤਾ ਜਾਂ ਘੱਟ ਹੈ ਕਿਉਂਕਿ ਉਹਨੂੰ ਟਾਈਮ ਦਿਓ ਉਹ ਰਿਕਵਰ ਹੋਊਗੀ ਉਹਦਾ ਅੰਦਰਲਾ ਸਿਸਟਮ ਰਿਕਵਰ ਹੋਊਗਾ ਅਤੇ ਉਹ ਫੀਡ ਵੀ 4 ਤੋਂ 6 ਵੀਕਾਂ ਬਾਅਦ ਖਾਣ ਲੱਗੂਗੀ ਜਿੰਨਾ ਉਹਨੇ ਪ੍ਰੋਪਰ ਖਾਣਾ ਪਹਿਲਾਂ ਥੋੜ੍ਹਾ ਖਾਊਗੀ ਬਿਮਾਰ ਬੰਦਾ ਕਿਵੇਂ ਹੁੰਦਾ ਪਹਿਲਾਂ ਥੋੜ੍ਹਾ ਖਾਂਦਾ ਪਰ ਜਿਵੇਂ ਜਿਵੇਂ ਠੀਕ ਹੁੰਦਾ ਉਹ ਵਧਾਈ ਜਾਂਦਾ ਉਹਦੀ ਮਤਲਬ ਡਾਇਟ ਵਧੀ ਜਾਂਦੀ ਹੈ ਸੋ ਅਸੀਂ ਕੀ ਕਰਦੇ ਹਾਂ ਜਦੋਂ ਗਾਂ ਸੂਕੇ ਆਉਂਦੀ ਹੈ ਦੈਨ ਉਹਨਾਂ ਨੂੰ ਜਿਵੇਂ ਮਤਲਬ ਦੇਈਦਾ ਤਾਂ ਜਿੰਨਾ ਖਾ ਲੈਣ ਉਹਨਾਂ ਹੀ ਦੇਈਦਾ ਪਰ ਉਹ 13-14-15 ਕਿਲੋ ਵੱਧ ਡਾਇਮੀਟਰ ਖਾਂਦੀਆਂ ਨਹੀਂ ਕਿਉਂਕਿ ਉਹ ਉਹਨਾਂ ਫੁੱਲ ਇਨਟੈਕ 'ਤੇ ਆਈਆਂ ਨਹੀਂ ਹੁਣ ਆਪਣੀਆਂ ਖਾਈਆਂ 22-23 ਕਿਲੋਗ੍ਰਾਮ ਡਾਇਮੀਟਰ ਖਾ ਰਹੀਆਂ ਹਰ ਰੋਜ਼
ਸੋ ਉਹ ਟਾਈਮ ਲੈਂਦੀਆਂ, ਸੋ ਕਦੇ ਨਾ ਘਬਰਾਓ ਕਿ ਦੁੱਧ ਘੱਟ ਦਿੰਦੀਆਂ, ਕਿਉਂਕਿ ਉਹ ਹਜੇ ਉਹਨੂੰ ਰਿਕਵਰ ਹੋਣ ਦਿਓ, ਉਹਨੇ ਦੁੱਧ ਤਾਂ ਉਹਨੇ ਬਣਾਉਣਾ ਹੀ ਬਣਾਉਣਾ ਹੈ। ਅਤੇ ਜੀ ਪਸ਼ੂ ਚੌਥਾ ਪੰਜਵਾਂ ਛੇਵਾਂ ਸੂਆ, ਠੀਕ ਹੈ ਜੀ, ਚੌਥੀ ਵਾਰ ਪੰਜਵੀਂ ਵਾਰ ਛੇਵੀਂ ਵਾਰ ਜਦੋਂ ਸੋਇਆ ਉਦੋਂ ਹੀ ਟੋਪ ਦੁੱਧ ਪ੍ਰੋਡਿਊਸ ਸਭ ਤੋਂ ਜ਼ਿਆਦਾ ਇਹਨਾਂ ਤਿੰਨਾਂ ਸੂਆਂ 'ਚ ਕਰਦਾ। ਪਹਿਲੇ ਯੰਗ ਛੋਟਾ ਹੁੰਦਾ ਹੈ, ਪਹਿਲਣ ਹੁੰਦਾ, ਮੰਨ ਲਓ ਵੱਛੀ ਹੁੰਦੀ ਹੈ, ਫਿਰ ਵਧਾ ਕੇ ਚੌਥੇ ਪੰਜਵੇਂ ਛੇਵੇਂ 'ਚ ਇੱਥੇ ਮੰਨਦੇ ਆ ਨਿਊਜ਼ੀਲੈਂਡ 'ਚ ਕਿ ਟੋਪ ਮਿਲਕ ਪ੍ਰੋਡਿਊਸ ਕਰਦੇ ਨੇ ਤਿੰਨਾਂ ਸਾਲਾਂ 'ਚ। ਸੋ ਦੂਜੀ ਗੱਲ, ਹਮੇਸ਼ਾ ਭਾਅ ਜੀ ਸਿਲੀਨੀਅਮ ਅਤੇ ਕੈਲਸ਼ੀਅਮ ਦਾ ਧਿਆਨ ਰੱਖੋ ਜਦੋਂ ਵੀ ਪਸ਼ੂ ਨੇ। ਹੁਣ ਅਸੀਂ ਸਾਡੇ ਫੀਡ 'ਚ ਪੂਰੇ ਸਾਲ ਕੈਲਸ਼ੀਅਮ ਵੀ ਮਿਲ ਕੇ ਮਿਕਸ ਹੋ ਕੇ ਆਉਣਾ ਫੀਡ 'ਚ, ਕਿਉਂਕਿ ਕੈਲਸ਼ੀਅਮ ਦੁੱਧ ਬਣਾਉਣ 'ਚ ਬਹੁਤ ਇੰਪੋਰਟੈਂਟ ਹੈ। ਕੈਲਸ਼ੀਅਮ ਦਾ ਬਹੁਤ ਵੱਡਾ ਰੋਲ ਹੈ ਦੁੱਧ 'ਚ, ਦੁੱਧ ਪ੍ਰੋਡਿਊਸ ਕਰਨ 'ਚ। ਜੇ ਪਸ਼ੂ 'ਚ ਕੈਲਸ਼ੀਅਮ ਦੀ ਕਮੀ ਹੈ ਤਾਂ ਉਹਨੇ ਦੁੱਧ ਨਹੀਂ ਦੇਣਾ ਪੂਰਾ ਪ੍ਰੋਪਰ। ਸੋ ਮੇਕ ਸ਼ੋਰ ਤੁਸੀਂ, ਪਹਿਲੀ ਗੱਲ ਤਾਂ ਤੁਸੀਂ ਜੀ ਉਹਦਾ ਬਲੱਡ ਟੈਸਟ ਕਰਾਇਆ ਕਰੋ ਪਸ਼ੂ ਦਾ। ਸੋ ਮੇਕ ਸ਼ੋਰ ਕਿ ਉਹ 'ਚ ਕੋਈ ਮਿਨਰਲ, ਕੋਈ ਵਿਟਾਮਿਨਸ, ਕੋਈ ਹਾਰਮ ਕੀ ਚੀਜ਼, ਕਿਹੜੀ ਚੀਜ਼ ਦੀ ਕਮੀ ਹੈ। ਜਿਹੜੇ ਵੀ ਕਿਸੇ ਤੱਤ ਦੀ ਕਮੀ ਹੋਵੇ ਉਹ ਫਿਰ ਜਾਂ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਿਲੀਨੀਅਮ ਦਾ ਇੰਜੈਕਸ਼ਨ ਲਵਾ ਲਿਆ, ਕੈਲਸ਼ੀਅਮ ਐਡ ਕਰ ਦਿਓ ਫੀਡ ਦੇ ਵਿੱਚ, ਜਾਂ ਆਇਰਨ ਮਿਕਸ ਕਰ ਦਿਓ, ਸੋਲਟ ਥੋੜ੍ਹਾ ਜਿਹਾ ਨੂਣ ਵੀ ਰੱਖਿਆ ਕਰੋ ਵਿੱਚ। ਅਸੀਂ ਵੀ ਸਾਡੇ ਫੀਡ 'ਚ ਨੂਣ ਹਲਕਾ, ਸੋਲਟ ਵੀ ਮਿਕਸ ਹੋ ਕੇ ਆਉਂਦਾ, ਮਤਲਬ ਥੋੜ੍ਹਾ ਜਿਹਾ ਕਰਾਰਾ ਹੋ ਜਾਂਦਾ ਕਹਿ ਲਓ ਵੀ ਉਹ ਵਧੀਆ ਖਾਂਦੇ ਆ। ਸੋ ਦੂਜੀ ਗੱਲ, ਹੁਣ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ, ਚੈਲੰਜ ਕੀ ਹੈ ਇੰਡੀਆ ਦੇ ਵਿੱਚ, ਆਪਾਂ ਲੁੱਕ ਆਫਟਰ ਨਹੀਂ ਕਰਦੇ ਪਸ਼ੂ ਦੀ। ਆਪਾਂ ਚਾਹੁੰਦੇ ਵੀ ਦੁੱਧ ਦੇਵੇ ਪਸ਼ੂ 60 ਲੀਟਰ ਅਤੇ ਫੀਡ ਉਹਦਾ ਵਧੀਆ ਹੈ ਨਹੀਂ। ਹੁਣ ਜਦੋਂ ਦੇਖੋ ਪ੍ਰੋਬਲਮ ਕਿੱਥੇ ਹੈ, ਗਾਂ ਸੂਈ ਉਹਨੇ ਵੱਛੀ ਦਿੱਤੀ, ਪਹਿਲੀ ਗੱਲ ਤਾਂ ਆਪਾਂ ਵੱਛੀ ਨੂੰ ਪੂਰਾ ਪ੍ਰੋਪਰਲੀ ਫੀਡ ਹੀ ਨਹੀਂ ਕਰਦੇ, ਠੀਕ ਹੈ ਜੀ। ਇੱਕ ਥਣ ਚੰਘਾਇਆ ਪਾਸੇ ਕਰਤੀ, ਮਹੀਨਾ ਕੁ ਚੰਘਾਇਆ, ਇੰਨਾ ਹੀ ਚੰਘਾਉਂਦੇ ਆ ਵੱਧ ਤੋਂ ਵੱਧ, ਇੱਕ ਜਾਂ ਦੋ ਥਣ, ਅਤੇ ਬਾਅਦ 'ਚ ਬਸ ਉਹਨੂੰ ਸਾਈਡ 'ਤੇ ਕਰ ਦਿੰਦੇ ਆ, ਅਤੇ ਮਹੀਨੇ ਬਾਅਦ ਬਸ ਮੂੰਹ ਹੀ ਲਵਾਉਂਦੇ ਆ ਵੀ ਪਸ਼ੂ ਦੁੱਧ ਲਾ ਲਏ, ਚੱਕ ਕੇ ਪਾਸੇ ਬੰਨਤਾ। ਵੱਛੀ ਕੀ ਹੈ, ਵੱਛੀ ਹੈ ਫਿਊਚਰ, 2 ਸਾਲਾਂ ਬਾਅਦ ਉਹਨੇ ਗਾਂ ਬਣ ਕੇ ਤੁਹਾਡੇ ਘਰ ਆ ਜਾਣਾ, ਮਤਲਬ ਘਰ ਰਹਿਣਾ ਜਾਂ ਤੁਹਾਡੇ ਹਰਡ 'ਚ ਆ ਜਾਣਾ। ਫਿਰ ਕੀ ਹੈ, ਪਾਸੇ ਜੇ ਬੰਨੀ ਹੁੰਦੀ ਹੈ ਛੋਟਾ ਪਸ਼ੂ, ਛੋਟੇ ਜਿਹੇ ਕਿਸੇ ਟੋਕਰੇ 'ਚ ਟੁੱਟੀ ਟੋਕਰੀ ਜਾਂ ਕਿਸੇ ਕੋਈ ਟੁੱਟੇ ਡੱਬੇ 'ਚ ਉਹਨੂੰ ਦੋ ਕੁ ਬੁੱਕ ਪੱਠਿਆਂ ਦੇ, ਉਹ ਵੀ ਗੰਦੇ ਜਿਹੇ ਪੱਠੇ ਜਿਹੜਾ ਜਮਾਂ ਬਚਿਆ ਖਚਿਆ, ਉਹ ਪਾ ਕੇ ਉੱਥੇ ਪਸ਼ੂ ਨੂੰ ਉਹਨੂੰ ਬੰਨ ਦਿੰਦੇ। ਸੋ ਜਿੰਨਾ ਚਿਰ ਉਹ ਮਤਲਬ ਇਨਕਾਫ ਨਹੀਂ ਹੁੰਦੀ, ਬੋਲਦੀ ਨਹੀਂ, ਉਹਦੇ ਕੋਈ ਟੀਕਾ ਜਾਂ ਬੋਲਣਾ ਹੁੰਦੀ ਨਹੀਂ, ਕ੍ਰੋਸ ਨਹੀਂ ਹੁੰਦੀ, ਉਹਨਾਂ ਚਿਰ ਉਹਦੀ ਆਪਾਂ ਕੇਅਰ ਹੀ ਨਹੀਂ ਕਰਦੇ ਅਤੇ ਦੁੱਧ ਉਹਨੇ ਕੀ ਦੇਣਾ, ਕਿਉਂਕਿ ਉਹਦੀ ਲੁੱਕ ਆਫਟਰ ਹੀ ਨਹੀਂ ਹੋਈ। ਹੁਣ ਸਾਡੇ ਕਾਵ ਹੈ ਤਕਰੀਬਨ ਪਿਛਲੇ 2 ਮਹੀਨੇ 3 ਮਹੀਨਿਆਂ ਤੋਂ ਉਹਨਾਂ ਨੂੰ ਦੁੱਧ ਰਾਜਮਾਂਹ ਦੁੱਧ ਮਿਲਦਾ, ਪਲੱਸ 4-4, 5-5 ਕਿਲੋ ਮੀਲ ਖਾ ਰਹੇ ਆ, ਪਲੱਸ ਘਾਹ ਖਾ ਰਹੇ ਆ। ਅਤੇ ਹੁਣ ਤੁਸੀਂ ਲਾ ਲਿਓ ਹਿਸਾਬ, ਤੁਸੀਂ ਕਿਤੇ ਮਿਣ ਕੇ ਦੇਖਿਓ, ਤੁਹਾਡੇ ਦੋ ਮਹੀਨਿਆਂ ਦੀ ਵੱਛੀ ਦਾ ਭਾਰ ਮਿਣਿਓ, ਇੱਥੇ ਘੱਟ ਤੋਂ ਘੱਟ 150-180 ਕਿਲੋਗ੍ਰਾਮ ਦਾ ਵੇਟ ਸਾਡੇ ਹੋਇਆ ਪਿਆ, ਐਡੀਆਂ ਮੱਕੂ ਵੱਛੀਆਂ ਪਈਆਂ, ਅਤੇ ਓਬਵੀਅਸ ਦੁੱਧ ਦੇਣਾ ਹੀ ਉਹਨਾਂ ਨੇ। ਸੋ ਯੰਗ ਸਟੋਕ ਦੀ ਪ੍ਰੋਪਰਲੀ ਕੇਅਰ ਕਰਿਆ ਕਰੋ, ਕਿਉਂਕਿ ਉਹ ਬਹੁਤ ਇੰਪੋਰਟੈਂਟ ਹੈ। ਜਿਵੇਂ ਕੋਈ ਦੁਧਾਰੂ ਪਸ਼ੂ ਦੀ ਤੁਸੀਂ ਕਰਦੇ ਹੋ, ਨਵਾਂ ਸੋਇਆ ਪਸ਼ੂ ਆ, ਵਧੀਆ ਫੀਡ ਪਾਉਣੇ ਹੋ, ਸੇਮ ਉਹ ਵਧੀਆ ਫੀਡ ਹੀ ਵੱਛੀ ਨੂੰ ਪਾਉਣਾ ਛੋਟੇ ਬੱਚੇ ਨੂੰ, ਕਿਉਂਕਿ ਉਹਨਾਂ ਹੀ ਉਹਨੇ ਵਧੀਆ ਬਿਲਡਅਪ ਹੋਣਾ, ਠੀਕ ਹੈ ਜੀ। ਅਤੇ ਇਹੀ ਗੱਲ ਆਪਾਂ ਇੰਡੀਆ 'ਚ ਕਦੋਂ ਲੋਕ ਭਾਈਦੇ ਆ, ਜਦੋਂ ਕੋਈ ਪਸ਼ੂ ਸਿੱਕ ਹੋ ਜਾਂਦਾ ਆਲਰੇਡੀ, ਜਦੋਂ ਉਹਨੂੰ ਪ੍ਰੋਬਲਮ ਹੋ ਜਾਂਦੀ ਹੈ ਫਿਰ ਆਪਾਂ ਡਾਕਟਰਾਂ ਨੂੰ ਫੋਨ ਕਰਦੇ ਹਾਂ। ਅਤੇ ਇਸ ਤੋਂ ਪਹਿਲਾਂ ਕਿ ਤੁਸੀਂ ਪਹਿਲੇ ਲੁੱਕ ਆਫਟਰ ਕਰੋ, ਬਾਕੀ ਡਾਕਟਰਾਂ ਦਾ ਹੀ ਮਗਿਆ ਪਿਆ ਉੱਥੇ, ਕੋਈ ਇੰਨਾ ਕੋਈ ਖਾਸ ਹੈ ਨਹੀਂ, ਕੋਈ ਨੌਲੇਜ ਹੈ ਨਹੀਂ ਉਹਨਾਂ ਨੂੰ, ਹੋਊਗਾ ਵੀ ਤਾਂ ਉਹ ਇੰਟਰਸਟਡ ਨਹੀਂਗੇ। ਬਾਕੀ ਕੁਝ ਲੋਕ ਵੀ ਇਹੋ ਜਿਹੇ ਹੈ, ਆਪਾਂ ਖਰਚੇ ਦੇ ਬਹੁਤ ਡਰਦੇ, ਆਪਾਂ ਡਾਕਟਰ ਬੁਲਾਉਂਦੇ ਨੇ ਕਈ ਵਾਰੀ ਇਹੋ ਜਿਹੀ ਪ੍ਰੋਬਲਮ ਹੋ ਜਾਂਦੀ ਹੈ, ਕਿਉਂਕਿ ਇੱਕ ਲਾਉਂਦਾ ਯਾਰ ਆਊਗਾ ਤਾਂ 200-400-500 ਲੈ ਜੂਗਾ। ਸੋ ਇੱਦਾਂ ਕੁਛ ਨਹੀਂਗਾ, ਕਿਉਂਕਿ ਜੇ ਤੁਸੀਂ ਡੇਅਰੀ ਫਾਰਮਿੰਗ ਕਰਨੀ ਹੈ ਤਾਂ ਪ੍ਰੋਪਰਲੀ ਕਰੋ, ਅਤੇ ਨਹੀਂ ਫਿਰ ਇਹ ਨਾ ਕਰੋ ਵੀ ਸਾਡਾ ਕੁਛ ਦੁੱਧ ਨਹੀਂ ਦਿੰਦਾ, ਦੁੱਧ ਦੇਣਾ ਕੀ ਹੈ। ਅਤੇ ਦੂਜੀ ਪ੍ਰੋਬਲਮ, ਪਾਣੀ ਪਿਉਣੇ ਸਿਰਫ 2 ਟਾਈਮ, ਸਵੇਰੇ ਅਤੇ ਸ਼ਾਮ ਨੂੰ। ਵਾਹਿਗੁਰੂ, ਗਰਮੀ 'ਚ ਘੱਟ ਤੋਂ ਘੱਟ ਇੱਥੇ ਦਾ ਟੈਂਪਰੇਚਰ 30 ਡਿਗਰੀ ਹੁੰਦਾ, 150-200 ਲੀਟਰ ਪਾਣੀ ਪੀਂਦੀ ਇੱਕ ਗਾਂ, ਅਤੇ ਆਪਣੇ ਤਾਂ ਟੈਂਪਰੇਚਰ 45-45-50 ਮੈਂ ਪਹੁੰਚ ਜਾਂਦਾ ਇੰਡੀਆ। ਸੋ ਘੱਟ ਤੋਂ ਘੱਟ 5-6 ਵਾਰੀ ਪਾਣੀ ਪਿਆਇਆ ਕਰੋ, ਕੁਛ ਨੂੰ ਰੱਜ ਮਾਓ ਵੀ। ਅਤੇ ਫੀਡ ਦਾ ਧਿਆਨ ਰੱਖੋ, ਪਾਣੀ ਪਿਆਓ, ਨਾਲ ਬਲੱਡ ਟੈਸਟ ਕਰਦੇ ਰਿਹਾ ਕਰੋ। ਇੱਕ ਟੈਸਟ ਹੁੰਦਾ ਜੀ ਬਾਇਓਪਸਿਸ, ਤੁਸੀਂ ਕਿਤੇ ਪੁੱਛਿਓ ਆਪਣੇ ਵੈਟਸ ਨੂੰ ਪੁੱਛਿਓ, ਜੇ ਉਹਨਾਂ ਨੂੰ ਪਤਾ ਹੋਊਗਾ, ਕਿਉਂਕਿ ਮੋਸਟਲੀ ਲੋਕਾਂ ਦਾ ਪਤਾ ਹੀ ਨਹੀਂ। ਮੈਂ ਵੀ ਦੇਖਿਆ ਇੰਡੀਆ ਕੁਸ਼ਚਨ, ਮੈਂ ਕਦੇ ਨਹੀਂ ਸੁਣਿਆ ਬਾਇਓਪਸਿਸ ਬਾਰੇ, ਮੈਂ ਪੜ੍ਹਿਆ ਵੀ ਹੈ BSc 'ਚ ਵੀ, ਕਦੇ ਨਹੀਂ ਮੈਂ ਸੁਣਿਆ ਬਾਇਓਪਸਿਸ ਬਾਰੇ। ਬਾਇਓਪਸਿਸ ਹੁੰਦਾ ਜੀ ਲੀਵਰ ਦੇ ਵਿੱਚੋਂ ਸੈਂਪਲ ਕੱਢਦੇ ਆ ਪਸ਼ੂ ਦਾ, ਲੀਵਰ ਦੇ ਵਿੱਚੋਂ ਸੈਂਪਲ ਕੱਢ ਕੇ, ਸੋਰੀ ਟਰੱਕ ਆ ਗਿਆ, ਖੜਕਾ ਹੋਊਗਾ ਇੱਥੇ, ਲੀਵਰ 'ਚੋਂ ਸੈਂਪਲ ਕੱਢ ਕੇ ਫਿਰ ਉਹ ਟੈਸਟ ਹੁੰਦਾ, ਫਿਰ ਉਹ ਸਪੈਸ਼ਲੀ ਪਤਾ ਲੱਗਦਾ ਵੀ ਲੀਵਰ 'ਚ ਕੀ ਐਕਚੁਅਲੀ ਲੀਵਰ 'ਚ ਕੀ ਪ੍ਰੋਬਲਮ ਹੈ, ਕਿਉਂਕਿ ਲੀਵਰ ਸਭ ਤੋਂ ਵੱਡਾ ਸੋਰਸ ਹੈ ਜੀ ਜਿਹੜਾ ਐਨਰਜੀ ਨੂੰ ਡਾਇਵਰਟ ਕਰਦਾ ਅੰਦਰ। ਜੇ ਲੀਵਰ ਨੇ ਉਹਦਾ ਕੰਮ ਕਰ ਰਿਹਾ ਪਸ਼ੂ ਦਾ, ਤਾਂ ਓਬਵੀਅਸ
ਆਪਣੇ ਪਸ਼ੂ ਨੇ ਗਰੋਹ ਕਿੱਥੋਂ ਕਰਨਾ, ਅਤੇ ਉਹ ਫਿਰ ਉਹ ਵਿੱਚੋਂ ਮਾਸ ਦਾ ਟੁਕੜਾ ਕੱਢਦੇ ਲੀਵਰ 'ਚੋਂ ਇੱਕ ਰੋਡ ਜੀ ਪਾ ਕੇ, ਫਿਰ ਉਹਨੂੰ ਲੈਬ 'ਚ ਲਿਜਾ ਕੇ ਟੈਸਟ ਕਰਾਉਂਦੇ ਆ। ਸੋ ਇੱਦਾਂ ਹੈ ਜੀ, ਧਿਆਨ ਰੱਖਿਆ ਕਰੋ, ਜੇ ਕੇਅਰ ਕਰੋਗੇ, ਹਾਰਡਵਰਕ ਔਲਵੇਜ਼ ਪੇਸ, ਹਾਰਡਵਰਕ ਕਰੋਗੇ ਤਾਂ ਸਭ ਕੁਛ ਠੀਕ ਆ। ਅਤੇ ਸੋਰੀ, ਮੈਂ ਗੱਲਾਂ ਕੁਛ ਹੋਰ ਵੀ ਐਡ ਕਰਨੀ ਸੀ, ਪਰ ਹੁਣ ਗਾਈਆਂ ਆ ਗਈਆਂ, ਅਸੀਂ ਮਿਲਕਿੰਗ ਸ਼ੁਰੂ ਕਰਨੀ ਹੈ, ਅਤੇ ਟਰੱਕ ਵੀ ਹੈਗਾ, ਵੈਟ ਵਾਸ਼ ਵੀ ਕਰਨਾ। ਅਤੇ ਜੇ ਕੋਈ ਮਿਸ ਹੋ ਗਿਆ ਹੋਵੇ ਤਾਂ ਜ਼ਰੂਰ ਪੁੱਛ ਲਿਓ, ਕਮੈਂਟ ਕਰ ਦਿਓ। ਧੰਨਵਾਦ ਸਾਰਿਆਂ ਦਾ, ਅਤੇ ਨਾਲੇ ਪਲੀਜ਼ ਸਬਸਕ੍ਰਾਈਬ ਕਰੋ, ਜਿਨ੍ਹਾਂ ਨੇ ਨਹੀਂ ਕੀਤਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਆਪਣੇ ਦੋਸਤਾਂ ਮਿੱਤਰਾਂ ਨੂੰ ਅੱਗੇ ਦੱਸੋ। ਧੰਨਵਾਦ ਸਾਰਿਆਂ ਦਾ, ਸਤਿ ਸ਼੍ਰੀ ਅਕਾਲ।